गुरदासपुर के पिंड कोटयोगराज तो विदेश में रोजी रोटी कमाने लिए गए नौजवान की भेत भरे हालातों में मौत हुई है। मृतक नौजवान मेजर सिंह पिछले 10 साल तो इटली में काम कर रहा है। परिवार ने मृतक देह पिंड लिया भारत सरकार राज्यसभा के मैंबर प्रताप सिंह बाजवा अपील की है। ਕਿੰਨਾ ਚਿਰ ਹੋ ਗਿਆ ਨਵੀਦ ਜੀ ਉਹਨਾਂ ਨੂੰ ਬਾਹਰ ਗਿਆ? ਬਾਹਰ ਗਿਆ ਨੂੰ 2-2.5 ਸਾਲ ਹੋ ਗਏ ਹੈਗੇ, ਉੱਦਾਂ ਗਿਆ ਨੂੰ 10 ਸਾਲ ਹੋ ਗਏ ਹੈਗੇ। ਛੁੱਟੀ ਕੱਟ ਕੇ ਗਏ ਸੀਗੇ ਹੁਣ ਇਟਲੀ ਦੇ ਵਿੱਚ। ਜਿਹੜੀ ਆਪਣੀ ਮੇਜਰ ਸਿੰਘ ਦੀ ਡੈਥ ਹੋਈ ਆ, ਉਹ ਸਾਡਾ ਕਜ਼ਨ ਸੀਗਾ, ਮਾਮੇ ਜੀ ਦਾ ਪੁੱਤ ਭਰਾ ਸੀਗਾ। ਅਤੇ ਅਸੀਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਚਾਰਾਜੋਈ ਕਰਕੇ ਉਹਦੀ ਜਿਹੜੀ ਆ ਅੰਤਮ ਰਸਮਾਂ ਵਾਸਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਾਸਤੇ ਜਿਹੜਾ ਉਪਰਾਲਾ ਕੀਤਾ ਜਾਵੇ, ਤਾਂ ਜੋ ਪਰਿਵਾਰ ਜਿਹੜਾ ਇਸ ਵੇਲੇ ਬਹੁਤ ਸਦਮੇ ਵਿੱਚ ਵਾ, ਤਾਂ ਕਿ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਉਹ ਕਰ ਸਕੇ। ਇੰਨੀ ਸਾਡੀ ਜਿਹੜੀ ਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਿਹੜੀ ਅਪੀਲ ਹੈ। ਜਿਹੜਾ ਮੇਜਰ ਸਿੰਘ ਸੀ, ਮੇਰਾ ਜੀ ਭਤੀਜਾ ਸੀਗਾ, ਅਤੇ ਇਹਨਾਂ ਦੀ ਉੱਥੇ ਇਟਲੀ 'ਚ ਰਹਿੰਦਾ ਸੀਗਾ, ਮਿਊਜ਼ੋਰੋਂ ਸੈਰ ਹੀ ਗੱਲ ਕਰ। ਅਤੇ ਇਹਦੀ ਮੌਤ ਹੋ ਗਈ ਆ। ਅਸੀਂ ਸਰਕਾਰ ਤੋਂ, ਪੰਜਾਬ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਮ੍ਰਿਤਕ ਦੇ ਸਾਡੇ ਇੱਥੇ ਭੇਜੀ ਆ, ਜੋ ਕਿ ਅਸੀਂ ਇਹਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕੀਏ। ਅਤੇ ਇਹੀ ਸਾਡੀ ਹੱਥ ਜੋੜ ਕੇ ਬੇਨਤੀ ਆ। ਸਾਡੇ ਇਲਾਕੇ ਦੇ ਪ੍ਰਤਾਪ ਸਿੰਘ ਬਾਜਵਾ ਰਾਜਸਭਾ ਮੈਂਬਰ ਆ ਜੀ, ਉਹਨਾਂ ਕਰੀ ਵੀ ਬੇਨਤੀ ਆ, ਜੋ ਵੀ ਕਰ ਸਕਦੇ ਉਹ ਕਰਨਾ। ਗੁਰਦਾਸਪੁਰ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।